ਅਕਾਲੀ ਦਲ ਦਾ ਇਤਿਹਾਸ ਦੇਖ ਲਓ ਜਿੰਨੀਆਂ ਵੀ ਬੇਇਨਸਾਫੀਆਂ ਹੋਈਆਂ ਪੰਜਾਬ ਨਾਲ ਤੇ ਦੇਸ਼ ਨਾਲ ਅਕਾਲੀ ਦਲ ਹੀ ਅੱਗੇ ਲੱਗਿਆ ਐਮਰਜੈਂਸੀ ਦੇ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇ ਅਕਾਲੀ ਦਲ ਨੇ ਦਿੱਤੀਆਂ ਦੇਸ਼ ਦੇ ਆਜ਼ਾਦੀ ਦੇ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸ਼ਹਾਦਤਾਂ ਉਮਰ ਕੈਦ ਜੇ ਕਿਸੇ ਨੂੰ ਮਿਲਿਆ ਅਕਾਲੀ ਦਲ ਦੇ ਵਰਕਰਾਂ ਨੂੰ ਮਿਲੀ ਹੈ ਤੇ ਮੈਂ ਹੁਣ ਸਪਸ਼ਟ ਕਰਨਾ ਚਾਹਣਾ ਆ ਪੰਜਾਬ ਦਾ ਪਾਣੀ ਪੰਜਾਬ ਦੀ ਜਾਨ ਹੈ ਪੰਜਾਬੀਆਂ ਦਾ ਅਗਲਾ ਫਿਊਚਰ ਹੈ ਕੁਝ ਵੀ ਹੋ ਜੇ ਅਕਾਲੀ ਦਲ ਦੇ ਕਾਰਡਰ ਮੈਂ ਅਕਾਲੀ ਦਲ ਦਾ ਮੁਖੀ ਹਾਂ ਅਕਾਲੀ ਦਲ ਦਾ ਇੱਕ ਕਾਰਡਰ ਤਿਆਰ ਹੈ ਹਰ ਕੁਰਬਾਨੀ ਦੇਣ ਦੇ ਲਈ ਤੇ ਮੈਂ ਅੱਜ ਇਹ ਕਹਿਣਾ ਸਪਸ਼ਟ ਕਰਨਾ ਚਾਹੁੰਦਾ ਕੁਛ ਮਰਜ਼ੀ ਹੋ ਜਾਏ ਇੱਕ ਬੂੰਦ ਵੀ ਜਾਨ ਦੇਵਾਂਗੇ ਨਾ ਇੱਥੇ ਪੰਜਾਬ ਵਿੱਚ ਕਿਸ ਨੂੰ ਵੰਡ ਦੇਵਾਂਗੇ ਜੇ ਕੋਈ ਇੱਥੇ ਕੋਈ ਪਟਣ ਵਾਸਤੇ ਆਇਆ ਕੋਈ ਪਾਣੀ ਲੈਣ ਵਾਸਤੇ ਆਇਆ ਕਹਾ ਜਾ ਰਹੇ ਕਿ ਰਾਜਨੀਤੀ ਹੋ ਰਹੀ ਹੈ ਚੋਣਾਂ ਨੇੜੇ ਨੇ ਤੇ ਅਕਾਲੀ ਦਲ ਇਸ ਦਾ ਫਾਇਦਾ ਲੈਣਾ ਚਾਹੁੰਦਾ ਅਕਾਲੀ ਦਲ ਅੱਜ ਦਾ ਨਹੀਂ ਸ਼ੁਰੂ ਤੋਂ ਆਦਰ ਜਦੋਂ ਇੰਦਰਾ ਗਾਂਧੀ ਆਈ ਸੀ ਟੱਕ ਲਾ ਕੇ ਕੰਸਟਰਕਸ਼ਨ ਸ਼ੁਰੂ ਕਰਨ ਵਾਸਤੇ ਆਈ ਸੀ ਅਕਾਲੀ ਦਲ ਨੇ ਰੋਕਿਆ ਤੇ ਉਹ ਦਿਨ ਤੇ ਅੱਜ ਦਾ ਦਿਨ ਜੇ ਅਕਾਲੀ ਦਲ ਨਾ ਹੁੰਦਾ ਨਾ ਅੱਜ ਦੇ ਆ ਪਾਣੀ ਦਾ ਮਸਲਾ ਨਹੀਂ ਹੋਣਾ ਸੀ ਸਾਰਾ ਪਾਣੀ ਕਾਂਗਰਸ ਨੇ ਹੁਣ ਤੱਕ ਦੇ ਵੀ ਦੇਣਾ ਸੀ